ਤੁਹਾਡੀ ਲੀਡਰਸ਼ਿਪ ਇੱਥੇ ਪਹੁੰਚੀ ਹੈ ਜੀ ਅੱਜ। ਮੈਂ ਧੰਨਵਾਦ ਕਰਦਾ ਸਭਨਾਂ ਦਾ, ਬਹੁਤ ਬਹੁਤ ਸ਼ੁਕਰੀਆ ਕਿ ਜਿਨ੍ਹਾਂ ਨੇ ਅੱਜ ਇੰਨਾ ਮਾਣ ਬਖਸ਼ਿਆ ਇਸ ਗੁਰੂ ਨਗਰੀ ਦਾ, ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੰਨਾ ਪਿਆਰ ਦਿੱਤਾ ਔਰ ਇੱਕ ਜਿਹੜੀ ਮੇਰੇ ਵੱਲੋਂ ਸੇਵਾ ਕੀਤੀ ਗਈ ਉਹਦੇ 'ਤੇ ਉਹਨਾਂ ਨੇ ਮੋਹਰ ਲਾਈ, ਜਿਹੜਾ ਇੱਥੇ ਕੰਮ ਕੀਤਾ ਗਿਆ ਉਹਦੇ 'ਤੇ ਮੋਹਰ ਲਾਈ। ਤੀਜੀ ਵਾਰ ਜਿਹੜਾ ਜੀ ਲਗਾਤਾਰ ਲੋਕਾਂ ਨੇ ਤੁਹਾਡੇ 'ਤੇ ਵਿਸ਼ਵਾਸ ਕੀਤਾ, ਇਸ ਵਾਰ ਮੁੱਦੇ ਰਹਿਣਗੇ ਬਹੁਤ ਵੱਡਾ ਮੁੱਦਾ ਰਿਹਾ ਡਰੱਗਸ ਦਾ, ਲੋਕਾਂ ਨੇ ਬਹੁਤ ਵੱਡਾ ਫਤਵਾ ਦਿੱਤਾ ਇਹ ਡਰੱਗਸ ਜਿਹੜੀ ਹੈ ਉਹ ਨਹੀਂ ਮੁਕਾ ਸਕੀ ਸਰਕਾਰ ਕੋਈ ਵੀ, ਮੈਂ ਪਿਛਲੀ ਨਾ ਹੁਣ ਮੌਜੂਦਾ। ਬਿਲਕੁਲ, ਦੇਖੋ ਇਹ ਮੁੱਦਾ ਹੈਗਾ ਸਟੇਟ ਗੌਰਮੈਂਟ ਦਾ ਔਰ ਮੈਂ ਇਸ ਗੌਰਮੈਂਟ ਨੂੰ ਮਜਬੂਰ ਕਰੂੰ ਕਿਸੇ ਵੀ ਤਰੀਕੇ ਨਾਲ ਜਿੱਦਾਂ ਵੀ ਹੋਇਆ ਕਿ ਸਰਕਾਰ ਜਿਹੜੀ ਹੈ ਇਹਦੇ 'ਤੇ ਤਵੱਜੋ ਦੇਵੇ ਔਰ ਇਹਨੂੰ ਖਤਮ ਕਰੇ, ਇਹਦੇ ਲਈ ਚਾਹੇ ਧਰਨੇ ਲਾਉਣੇ ਪੈਣ ਕੁਛ ਕਰਨਾ ਪਵੇ। ਲਾਅ ਐਂਡ ਆਰਡਰ ਡਰੱਗਸ ਅਤੇ ਜਿਹੜਾ ਮੇਨ ਮੁੱਦਾ ਜਿਹੜਾ ਹੈਗਾ ਆਪਣਾ ਜਿਹੜੀ ਸਰਕਾਰ ਨਹੀਂ ਬਣੀ ਇਹਨੂੰ ਮਜਬੂਰ ਕਰਾਂਗੇ ਸਰਕਾਰ ਇਲੈਕਸ਼ਨਾਂ ਕਰਾਵੇ, ਜ਼ਿਲ੍ਹਾ ਪ੍ਰੀਸ਼ਦ ਲੋਕ ਬਲਾਕ ਸਮਿਤੀਆਂ, ਸਰਕਾਰ ਇਲੈਕਸ਼ਨਾਂ ਕਿਉਂ ਨਹੀਂ ਕਰਵਾਉਂਦੀ, ਭਗੌੜੀ ਕਿਉਂ ਆ ਸਰਕਾਰ, ਲੋਕਾਂ ਦੇ ਬੁਰੇ ਹਾਲ ਹੈ ਸਾਰੇ ਸ਼ਹਿਰ ਦੇ ਵਿੱਚ। ਸੋ ਇਹਨਾਂ ਦੇ ਉੱਤੇ ਕੰਮ ਕੀਤਾ ਜੀ, ਰਾਹੁਲ ਗਾਂਧੀ ਜੀ ਨੇ ਕਿਹਾ ਸੀਗਾ ਵੀ ਸਿੱਧੂ ਮੂਸੇ ਵਾਲੇ ਦਾ ਗਾਣਾ 295 ਅਤੇ ਐਗਜ਼ਿਟ ਪੋਲ ਕਹਿੰਦੀ ਸੀ 150 ਸੀਟ, ਉਹਦੇ ਵਿਚਾਲੇ ਹਾਲ ਜਿਹੜੀ ਹੈ ਕੋਈ ਗੱਲ ਨਹੀਂ, ਸਰਕਾਰ ਕਾਂਗਰਸ ਇੰਡੀਆ ਲਾਈਨ ਦੀ ਬਣੂਗੀ ਮੈਂ ਤੁਹਾਨੂੰ ਦੱਸ ਦਿੰਦਾ। ਅਤੇ ਕੀ ਕਹਿਣਾ ਚਾਹੁੰਦੇ ਅੰਮ੍ਰਿਤਸਰ ਦੇ ਲੋਕਾਂ ਦੇ ਵੱਲੋਂ ਤੁਹਾਡੇ 'ਤੇ ਵਿਸ਼ਵਾਸ ਕੀਤਾ ਗਿਆ, ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਕੰਮ ਕੀਤੇ ਜਾਣ? ਵੱਡੇ ਕੰਮ ਮੈਂ ਤੁਹਾਨੂੰ ਦੱਸਿਆ ਤਾਂ ਹੈਗਾ ਡਰੱਗਸ 'ਤੇ ਸਭ ਤੋਂ ਵੱਡਾ ਲਾਅ ਐਂਡ ਆਰਡਰ 'ਤੇ ਔਰ ਜਿਹੜੇ ਲੋਕਲ ਜਿਹੜੀ ਗੌਰਮੈਂਟ ਹੈ ਨਹੀਂ ਗੀ ਇਹਨਾਂ ਨੂੰ ਮਜਬੂਰ ਕਰਾਂਗੇ, ਇਹਨਾਂ ਵਿਰੁੱਧ ਧਰਨੇ ਦੇਵਾਂਗੇ ਵੀ ਇਹ ਕਿਉਂ ਨਾ ਕਰਨੇ ਕੰਮ। ਪੰਜਾਬ ਦੇ ਲੋਕਾਂ ਨੇ 13-0 ਵਾਲਿਆਂ ਤੇ ਵਿਸ਼ਵਾਸ ਨਹੀਂ ਕੀਤਾ। ਮੈਂ ਤੁਹਾਨੂੰ ਕਿਹਾ 1-3 ਆਉਣੀਆਂ ਤੇ 3 ਆ ਗਈਆਂ, ਬਸ ਵੜੀ ਹੈ ਸਰ। ਅਕਾਲੀ ਦਲ ਦਾ ਜਿਹੜਾ ਹੈਗਾ ਇੱਕੋ ਹੀ ਸੀਟ ਆਈ ਹੈ ਉਹਨਾਂ ਦੀ ਆਪਦੀ, ਤੇ ਹੁਣ ਅੱਗੇ ਕੀ ਭਵਿੱਖ ਵੇਖਦੇ ਹੋ ਤੇ ਅੱਗੇ ਕੀ ਰਾਏ ਵੀ ਕੀ ਦੇਣਾ ਚਾਹੁੰਦੇ ਹੋ? ਬਸ ਹੁਣ ਇੱਕ ਆ ਗਈ, ਅਗਲੀ ਰੀਕ ਵੀ ਚੜੇ ਜੂ ਇਹੀ ਹੋਣਾ, ਕਿਉਂਕਿ ਦੇਖੋ ਤੁਸੀਂ ਧਰਮਾਂ ਦੇ ਵਰਗਾਂ ਦੀ ਰਾਜਨੀਤੀ ਨੂੰ ਜਦੋਂ ਤਰਜੀਹ ਕਰੋਗੇ ਨਾ ਤੁਹਾਨੂੰ ਉਹਦੇ ਮੂੰਹ ਦੀ ਖਾਣੀ ਪੈਣੀ ਹੈ ਔਰ ਉਹੀ ਕੰਮ ਹੋਇਆ ਅੱਜ। ਅੱਜ ਇਹਨਾਂ ਧਰਮਾਂ ਦੇ ਵਰਗਾਂ ਦੀ ਰਾਜਨੀਤੀ ਕੀਤੀ, ਅੱਜ ਖਤਮ ਹੋਇਆ। ਪਿਆਰ ਗਿਆ ਕਿ ਕੰਮ ਗਿਆ ਜੀ? ਪਿਆਰ ਨਾਲ ਜਿੱਤੋ ਜੀ ਕਿ ਕੰਮ ਨਾਲ ਜਿੱਤੋ? ਦੋਵੇਂ ਚੀਜ਼ਾਂ ਹੀ, ਪਿਆਰ ਨਾਲ ਵੀ, ਕੰਮ ਨਾਲ ਵੀ ਔਰ ਲੋਕਾਂ ਦੇ ਨਿੱਜੀ ਕੰਮਾਂ ਨਾਲ ਵੀ, ਮਿਲ ਜੁਲ ਨਾਲ ਵੀ, ਸਮਾਜਿਕ ਕੰਮਾਂ ਨਾਲ ਵੀ, ਸਾਰੇ ਕੰਮ ਵਿੱਚ ਹੀ ਸੀ। ਸੰਧੂ ਸਾਹਿਬ ਇੱਥੋਂ ਹੀ ਬਿਲੋਂਗ ਕਰਦੇ ਨੇ, ਅੰਮ੍ਰਿਤਸਰ ਤੋਂ ਹੀ, ਅਤੇ ਉਹਨਾਂ ਨੇ ਕਿਹਾ ਸੀ ਮੈਂ ਨਸ਼ੇ ਵਾਸਤੇ ਕੇਂਦਰ ਤੋਂ ਏਜੰਸੀਆਂ ਲਿਆਵਾਂਗਾ, ਨਸ਼ਾ ਇੱਥੇ ਖਤਮ ਕਰਾਂਗਾ, ਚਾਹੇ ਉਹ ਜਿੱਤਦੇ ਆ ਚਾਹੇ ਨਹੀਂ ਜਿੱਤਦੇ, ਪਰ ਉਹ ਅੰਮ੍ਰਿਤਸਰ ਦੇ ਨਾਤੇ ਸ਼ਹਿਰੀ ਹੁੰਦੇ। ਕੋਈ ਨਹੀਂ, ਉਹਨਾਂ ਨੂੰ ਦੇਖੋ ਨਸ਼ਾ ਖਤਮ ਇੱਦਾਂ ਨਹੀਂ ਹੁੰਦਾ ਜਿੰਨਾ ਚਿਰ ਲੋਕਲ ਗੌਰਮੈਂਟ ਨਹੀਂ ਸਹਿਮਤ ਹੁੰਦੀ, ਮੁੱਖ ਮੰਤਰੀ ਸਹਿਮਤ ਨਹੀਂ, ਤੁਸੀਂ ਕਿਵੇਂ ਕਰ ਸਕਦੇ ਜੀ? ਪੁਲਿਸ ਨੇ ਕਿਹ ਤੋਂ ਡਰਨਾ ਹੈ? ਮੁੱਖ ਮੰਤਰੀ ਤੋਂ, ਹੋਮ ਮਿਨਿਸਟਰ ਤੋਂ? ਜੇ ਉਹ ਨਹੀਂ ਨੀਅਤ ਉਹਨਾਂ ਦੀ ਸਾਬੂ, ਤੁਸੀਂ ਕਿਵੇਂ ਕਰ ਸਕਦੇ? ਇਹੋ ਗੱਲ ਤਾਂ ਮੈਂ ਕਹਿੰਦਾ ਸੀ, ਤੁਸੀਂ ਮੇਰੀ ਕਿੰਨੀ ਵਾਰ ਇੰਟਰਵਿਊ ਕੀਤੀ ਕਿ ਤੁਸੀਂ ਕਰੋਗੇ, ਮੈਂ ਕਿਹਾ ਮੈਂ ਇਕੱਲਾ ਕਿਵੇਂ ਕਰ ਸਕਦਾ ਜਿੰਨਾ ਸਟੇਟ ਗੌਰਮੈਂਟ ਨਹੀਂ ਚਾਹੁੰਦੀ? ਅੱਜ ਸਟੇਟ ਗੌਰਮੈਂਟ ਦੀ ਜ਼ਿੰਮੇਵਾਰੀ ਆ, ਕਹਿ ਦੇਣਾ ਸੁਣਨਾ ਬਹੁਤ ਸੌਖਾ ਲੱਗਦਾ, ਉਹ ਜੀ ਕਰ ਦੂਗਾ, ਝੂਠ ਮਾਰ ਕੇ ਚਲੇ ਜਾਂਦੇ ਲੋਕ ਫਿਰ ਉੱਥੇ ਖੜੇ ਰਹਿੰਦੇ ਨੇ। ਮੈਂ ਤਾਂ ਕਿਹਾ ਝੂਠ ਦੀ ਰਾਜਨੀਤੀ ਨਾ ਕਰੋ। ਗੁਰਜੀਤ ਸਿੰਘ ਔਜਲਾ ਦੁਬਾਰਾ ਤੋਂ ਲੋਕਾਂ ਦੇ ਘਰਾਂ ਦੇ ਵਿੱਚ ਜਾਣਗੇ ਜਿਸ ਤਰ੍ਹਾਂ ਪਹਿਲਾਂ ਜਾਂਦੇ? ਉਹ ਵੀ ਜਾਣਗੇ, ਧਰਨੇ ਵੀ ਦਿੱਤੇ ਜਾਣਗੇ, ਲਗਾਤਾਰ ਧਰਨੇ ਲੱਗਣਗੇ ਇਹਨਾਂ ਦੇ ਬੂਹਿਆਂ ਅੱਗੇ। ਇੱਕ ICP ਦਾ ਬੜਾ ਵੱਡਾ ਮੁੱਦਾ ਰਿਹਾ ਜੀ, ਬੜੇ ਹਜ਼ਾਰਾਂ ਮਜ਼ਦੂਰ। ਮੈਂ ਨਾ ਉਹ ਸਾਰੇ ਕੰਮ ਹੀ ਅਸੀਂ ਕਰਾਂਗੇ, ਦੇਖੋ ਜਿਹੜੇ ਮੁੱਦੇ ਅਸੀਂ ਰੱਖੇ ਉੱਤੇ ਕੰਮ ਕਰਾਂਗੇ, ਹਰ ਮੁੱਦੇ ਦੇ ਉੱਤੇ ਕੰਮ ਕਰਾਂਗੇ। ਸਾਹਿਬ ਨੇ ਕਿਹਾ ਸੀਗਾ ਵੀ ਘੱਲੂਘਾਰਾ ਦਿਵਸ ਕਰਕੇ ਢੋਲ ਢਮੱਕੇ ਨਾਲ ਨਾ ਕੀਤਾ ਜਾਵੇ, ਹੁਣ ਤੁਸੀਂ ਅੱਗੇ ਆਪਣੇ ਵੱਲੋਂ ਜਾਂ ਆਪਣੀ ਪਾਰਟੀ ਵੱਲੋਂ ਕੀ ਫੈਸਲਾ? ਤੁਹਾਡੇ ਸਾਹਮਣੇ ਆ ਹੁਣ, ਕੋਈ ਵੀ ਅਸੀਂ ਕੋਈ ਢੋਲ ਢਮੱਕਾ ਨਹੀਂ ਕੀਤਾ, ਕੋਈ ਹਾਂ ਕੋਈ ਭੈਣ ਭਰਾ ਆ ਗਿਆ ਕੋਈ ਲੱਡੂ ਲੈ ਕੇ ਉਹ ਖਾ ਲਿਆ ਜਾਂ ਕੋਈ ਕੋਈ ਕਰ ਲਏਗਾ ਤਾਂ ਉਹਦਾ ਕੋਈ ਅਸੀਂ ਕਹਿ ਨਹੀਂ ਸਕਦੇ, ਕੋਈ ਬਾਹਰੋਂ ਆ ਜਾਏ, ਸਾਡੇ ਵੱਲੋਂ ਕੋਈ ਇਹੋ ਜਿਹੀ ਗੱਲ ਨਹੀਂ। ਬਾਹਰ ਵਿੱਚ ਖੁਸ਼ੀ ਮਨਾਈ ਜਾਏਗੀ? ਬਿਲਕੁਲ ਮਨਾਈ ਜਾਏਗੀ। ਹੁਣ ਜਿਸ ਤਰ੍ਹਾਂ ਕਿ ਤੁਹਾਨੂੰ ਜਿਹੜੇ ਤੁਹਾਡੇ ਵੋਟਰਾਂ ਨੇ ਜਿਹੜਾ ਸਾਥ ਦਿੱਤਾ, ਚਾਹੇ ਪਿੰਡਾਂ ਦੇ ਨੇ ਚਾਹੇ ਉਹ ਸ਼ਹਿਰਾਂ ਦੇ, ਟੀਮ ਵਰਕ ਬੜੀ ਬਹੁਤ ਵੱਡਾ ਫਤਵਾ ਦਿੱਤਾ, ਤੀਜੀ ਵਾਰੀ ਦੇਣਾ ਬਹੁਤ ਛੋਟੀ ਗੱਲ ਨਹੀਂ ਹੁੰਦੀ। ਤੇ ਕਿਸ ਤਰ੍ਹਾਂ ਨੂੰ ਸਮਝਦੇ ਉਹਨਾਂ ਵੋਟਰਾਂ ਨੂੰ ਕੀ ਕਹਿਣਾ ਚਾਹੁੰਦਾ? ਮੈਂ ਉਹਨਾਂ ਵੋਟਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ, ਜਿਹੜੇ ਖਾਸ ਕਰ ਸਾਡੇ ਵਰਕਰ ਨੇ, ਸਪੋਰਟਰ ਨੇ, ਜਿਹੜੇ NRI ਭਰਾ ਨੇ, ਪੰਜਾਬ ਤੋਂ ਬਾਹਰ ਬੈਠੇ ਨੇ, ਪੰਜਾਬ 'ਚ ਨੇ, ਪ੍ਰੈਸ ਦਾ ਜਿਹੜਾ ਪ੍ਰਿੰਟ ਮੀਡੀਆ, ਇਲੈਕਟ੍ਰੋਨਿਕ ਮੀਡੀਆ, ਸਾਰਿਆਂ ਨੇ ਬਹੁਤ ਦਿਨ ਰਾਤ ਕੀਤਾ, ਸਮੁੱਚੀ ਲੀਡਰਸ਼ਿਪ ਦਾ ਮੈਂ ਬਹੁਤ ਧੰਨਵਾਦ ਕਰਦਾ, ਸਟੇਟ ਦੀ ਔਰ ਪੰਜਾਬ ਦੀ ਔਰ ਡਿਸਟ੍ਰਿਕਟ ਦੀ। ਚਾਰ ਪਾਰਟੀਆਂ ਹੀ ਫਾਈਟ ਥੋੜ੍ਹੀ ਜ਼ਿਆਦਾ ਔਖੀ ਸੀ?
ਨਹੀਂ ਫਾਈਟ ਦੀ ਤਾਂ ਕੋਈ ਗੱਲ ਨਹੀਂ ਸੀ, ਲੋਕਾਂ ਦੇ ਮੁੱਦੇ, ਲੋਕਾਂ ਨੂੰ ਆਪਸ਼ਨ ਜ਼ਿਆਦਾ ਹੋ ਜਾਂਦੀ, ਲੋਕ ਇੱਧਰ ਉੱਧਰ ਹੋ ਜਾਂਦੇ, ਜਿੱਦਾਂ ਹੁਣ ਵਰਗਾਂ ਦੀ ਧਰਮਾਂ ਦੀ ਰਾਜਨੀਤੀ ਹੋਈ ਆ, ਲੋਕ ਹੀ ਉਹਦੇ ਵੇਖ 'ਚ ਵਗ ਜਾਂਦੇ ਆ, ਵਿਕਾਸ ਨੂੰ ਤਰਜੀਹ ਨਹੀਂ ਦਿੰਦੇ, ਉਹਨਾਂ ਚੀਜ਼ਾਂ ਨੂੰ ਤਰਜੀਹ ਦਿੰਦੇ ਜਿਹਨਾਂ ਦਾ ਕੋਈ ਮਤਲਬ ਨਹੀਂ ਬਣਦਾ। ਬੀਜੇਪੀ ਨੇ ਕਿਤੇ ਕਿਹਾ ਸੀਗਾ ਵੀ ਐਤਕੀ ਅਕਾਲੀ ਦਲ ਨੂੰ ਆਪਣੀ ਥਾਂ ਪਤਾ ਲੱਗ ਜਾਊਗੀ, ਜਦੋਂ ਕੋਲੀਸ਼ਨ ਨਹੀਂ ਸੀਗਾ ਸਾਡਾ, ਜਦੋਂ ਅੱਜ ਇਕੱਲਿਆਂ ਲੜ ਕੇ ਉਹਨਾਂ ਨੇ ਪਰਸੈਂਟੇਜ ਕਾਫੀ ਵਧਾ ਲਈ ਆਪਣੀ। ਬਿਲਕੁਲ ਜੀ, ਇਹ ਦੇਖੋ ਦੋਵੇਂ ਹੀ ਫਿਰਕਾ ਪ੍ਰਸਤ ਤਾਕਤਾਂ ਦੇ ਨਾਲ ਨਾਂ 'ਤੇ ਰਾਜਨੀਤੀ ਕਰਦੀਆਂ ਨੇ, ਦੋਵੇਂ ਵਿਕਾਸ ਦੇ ਨਾਂ 'ਤੇ ਰਾਜਨੀਤੀ ਨਹੀਂ ਕਰਦੀਆਂ, ਦੋਵੇਂ ਧਰਮ ਦੇ ਨਾਂ 'ਤੇ ਰਾਜਨੀਤੀ ਕਰਦੀਆਂ ਨੇ। ਇਹ ਅੱਜ, ਇਹ ਪਹਿਲਾਂ ਵੀ ਖਤਰਾ ਸੀ, ਇਹ ਅੱਜ ਵੀ ਖਤਰਾ, ਇਹ ਕੱਲ੍ਹ ਨੂੰ ਵੀ ਖਤਰਾ ਨੇ ਪੰਜਾਬ ਦੇ, ਇਹ ਗੱਲ ਨੂੰ ਖਿਆਲ ਰੱਖੋ। ਇਹ ਸੈਕੂਲਰ ਤੁਹਾਡੇ ਨਾਲ ਰਾਜਨੀਤੀ ਕਰਨਗੇ ਤਾਂ ਸਭ ਕੁਝ ਠੀਕ ਰਹੂਗਾ, ਜਦੋਂ ਧਰਮ ਨੂੰ ਤੁਸੀਂ ਅਗਾਂਹ ਕਰਕੇ ਚੱਲੋਗੇ ਉਦੋਂ ਫਿਰ ਦੂਜੇ ਧਰਮਾਂ ਦੇ ਵਿੱਚ ਤਣਾਅ ਪੈਦਾ ਹੁੰਦਾ, ਮੁਸ਼ਕਿਲ ਆਉਂਦੀ ਹੈ। ਸੋ ਸੈਕੂਲਰ ਥਾਟ ਰੱਖੋ, ਪਤਾ ਲੱਗੇਗਾ ਫਿਰ ਲੋਕ ਕਿੰਨਾ ਐਕਸੈਪਟ ਕਰਦੇ। ਪੰਜਾਬ ਜੀ ਇੱਥੇ ਆਏ ਸੀ, ਉਹਨਾਂ ਨੇ ਕਿਹਾ ਸੀਗਾ ਬੁੱਕ ਫੜ ਕੇ ਵੀ ਸੰਵਿਧਾਨ ਨੂੰ ਇਸ ਲਈ ਖਤਰਾ, ਅਤੇ ਜੇਕਰ ਚਲੋ ਪਾਰਟੀ ਆਉਂਦੀ ਫਿਰ ਤਾਂ ਹੋਲਾ, ਜੇ ਨਹੀਂ ਆਉਂਦੀ ਤਾਂ ਇੱਕ ਓਪੋਜੀਸ਼ਨ ਬਹੁਤ ਤਗੜੀ ਜਿਹੜੀ ਆ ਉਹ ਖੜੀ ਹੋ ਚੁੱਕੀ ਆ ਆਲਰੇਡੀ, ਅਤੇ ਇਹੋ ਜਿਹੇ ਕੰਮ ਜਾਂ ਇਹੋ ਜਿਹੀ ਚੀਜ਼ਾਂ ਨੂੰ ਕਿਸ ਤਰ੍ਹਾਂ ਰੋਕਿਆ ਜਾਏਗਾ ਜਾਂ ਕੀ ਇਹਨੂੰ ਸਮਝਦੇ ਹੋ ਤੁਸੀਂ? ਜੇ ਕੋਈ ਪੰਜਾਬ ਆਵਾਜ਼ ਉਠਾਉਣੀ ਹੁੰਦੀ ਹੈ, ਐਜੀਟੇਸ਼ਨ ਕਰਨੀ ਹੁੰਦੀ ਹੈ, ਪਾਰਲੀਮੈਂਟ ਦੇ ਵਿੱਚ ਇਹਨੂੰ ਰੋਕਣਾ ਹੁੰਦਾ, ਸਾਰਾ ਕੁਝ ਕਰਾਂਗੇ, ਸਾਰਾ ਕੁਝ ਕਰਾਂਗੇ। ਅੰਮ੍ਰਿਤਸਰ ਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਮੇਰੇ 'ਤੇ ਵਿਸ਼ਵਾਸ ਰੱਖਿਆ, ਮੈਂ ਦੂਣੀ ਤਾਕਤ ਦੇ ਨਾਲ ਤੁਹਾਡੇ ਕੰਮ ਕਰੂੰਗਾ। ਕਿਸਾਨਾਂ ਬਾਰੇ ਕੀ ਕਹਿਣਾ ਚਾਹੋਗੇ?